ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਿੰਦੇ ਰਾਜਾ ਬੜਾ ਜ਼ਿਆਦਾ ਧਰਮੀ ਨਿਆ ਕਰਨ ਵਾਲਾ ਤੇ ਹਰ ਇੱਕ ਨੂੰ ਪਿਆਰ ਕਰਦਾ ਸੀ ਕਿੰਦੇ ਉਹਦੇ ਰਾਜ ਵਿੱਚ ਕੋਈ ਜਾਨਵਰ ਵੀ ਭੁੱਖਾ ਨਹੀਂ ਸੀ ਸੌਂਦਾ ਉਹ ਇੰਨਾ ਜ਼ਿਆਦਾ ਚੰਗਾ ਸੀ ਕਿੰਦੇ ਇੱਕ ਦਿਨ ਉਹਦੀ ਰਾਣੀ ਨੇ ਕਿਹਾ ਵੀ ਆਪਾਂ ਨਾ ਹੁਣ ਆਉਂਦੇ ਜਾਂਦੇ ਹਰ ਮੁਸਾਫਿਰ ਨੂੰ ਆਪਣੇ ਜਿਹੜਾ ਨਗਰ ਹੈ ਇੱਥੇ ਨਾ ਉਹਨਾਂ ਲਈ ਪ੍ਰਸ਼ਾਦੇ ਪਾਣੀ ਦੀ ਵਿਵਸਥਾ ਕਰ ਦਈਏ ਕਰੀ ਰਾਜੇ ਨੇ ਕਿਹਾ ਇਹ ਤਾਂ ਬੜੇ ਪੁੰਨ ਦੀ ਗੱਲ ਹੈ ਰਾਜਾ ਹੁਣ ਆਪਣੇ ਨਗਰ ਦੇ ਜਿੱਥੋਂ ਸ਼ੁਰੂਆਤ ਹੁੰਦੀ ਸੀ ਜਿੱਥੋਂ ਮੁਸਾਫਿਰ ਅੱਗੇ ਲੰਘ ਕੇ ਜਾਂਦੇ ਸੀ ਕਹਿੰਦੇ ਉਸ ਥਾਂ ਤੇ ਉਹਨੇ ਹੁਣ ਬੜਾ ਵੱਡਾ ਕਿੰਦਾ ਰਸੋਈ ਘਰ ਖਲਾ ਦਿੱਤਾ ਉੱਥੇ ਜੋ ਵੀ ਰਾਹ ਗੇ ਰੋਂਦਾ ਉਥੋਂ ਪ੍ਰਸ਼ਾਦਾ ਛਕਦਾ ਅਮਰਤ ਵੇਲੇ ਦੇ ਚੜਾਣਾਲ ਪ੍ਰਸ਼ਾਦਾ ਤਿਆਰ ਹੋ ਜਾਂਦਾ ਤੇ ਰਾਤ ਜਜੋ ਹੁੰਦੀ ਉਦੋਂ ਬੰਦ ਹੁੰਦਾ ਕਿੰਦੇ ਇੱਕ ਦਿਨ ਰਾਜੇ ਨੇ ਕਿਹਾ ਵੀ ਅੱਜ ਨਾਲ ਆਪਾਂ ਜਿੰਨੇ ਸੰਤ ਫਕੀਰ ਆਉਣਗੇ ਸਾਰੇ ਨੂੰ ਉਥੇ ਰੋਕ ਰੋਕ ਕੇ ਵੀ ਤੁਸੀਂ ਪ੍ਰਸ਼ਾਦਾ ਖਵਾਣਾ ਤੇ ਤੁਸੀਂ ਨਾ ਇਕੱਠੇ ਵਾਧੂ ਮਤਲਬ ਘੱਟ ਤੋਂ ਘੱਟ 100 ਜਣਿਆਂ ਨੂੰ ਇਕੱਠਾ ਪ੍ਰਸ਼ਾਦਾ ਖਵਾਇਆ ਜੇ ਉਹਦੇ ਰਸੋਈਏ ਨੇ ਕਿਹਾ ਵੀ ਠੀਕ ਹੈ ਕਿੰਦੇ ਅੱਜ ਨਾਲ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣੇ ਕਿੰਦੇ ਜਦੋਂ ਪਕਵਾਨ ਬਣਦੇ ਪਏ ਸਨ ਨਾ ਉਧਰੋਂ ਕਹਿੰਦੇ ਇੱਕ ਬਾਜ ਨਾ ਇੱਕ ਸੱਪ ਦੇ ਬੱਚੇ ਨੂੰ ਆਪਣੇ ਪੰਜਿਆਂ ਦੇ ਵਿੱਚ ਨੋਚ ਕੇ ਤੇ ਲੈ ਕੇ ਜਾਣਦਿਆ ਸੀ ਕਿੰਦੇ ਜਦੋਂ ਲੈ ਕੇ ਗਿਆ ਨਾ ਤਾਂ ਕਹਿੰਦੇ ਵੀ ਉਹਨੇ ਉਹ ਜਿੱਥੇ ਰੋਈ ਸੀ ਉਹਦੀ ਰਾਜੇ ਦੀ ਕਹਿੰਦੇ ਉਹਦੇ ਉੱਤੇ ਆ ਕੇ ਤੇ ਉਹ ਹੁਣ ਸੱਪ ਨੂੰ ਜਦੋਂ ਹੱਥ 'ਚ ਉਹਨੇ ਆਪਣੇ ਪੰਜਿਆਂ 'ਚ ਫੜਿਆ ਹੋਇਆ ਸੀ ਉਹ ਆਪਣੇ ਆਪ ਨੂੰ ਸੱਪ ਛਡਾਉਣ ਦੀ ਕੋਸ਼ਿਸ਼ ਕਰਦਾ ਪਿਆ ਸੀ ਤਾਂ ਉਹਦੇ ਮੂੰਹ 'ਚ ਕੋਈ ਜ਼ਹਿਰ ਦੀਆਂ ਬੂੰਦਾਂ ਨਿਕਲ ਕੇ ਤੇ ਖੀਰ ਦਾ ਜਿਹੜਾ ਵੱਡਾ ਸਾਰਾ ਪਤੀਲਾ ਸੀ ਉਹਦੇ ਵਿੱਚ ਪੈ ਗਈਆਂ ਕਿਨਾਂ ਜਦੋਂ ਖੀਰ ਦੇ ਵਿੱਚ ਪਈਆਂ ਤੇ ਜਦੋਂ ਸਾਰੇ ਜਣੇ ਪ੍ਰਸ਼ਾਦਾ ਛਕਣ ਲੱਗੇ ਨਾ ਤਾਂ ਕਹਿੰਦੇ ਜਦੋਂ ਖੀਰ ਖਾਧੀ ਤੇ ਕੁਝ ਮਿੰਟਾਂ ਬਾਅਦ ਹੀ ਕਹਿੰਦੇ ਸਾਰੇ ਜਣੇ ਉਥੇ ਢੇਰੀ ਹੋ ਗਏ ਵੈਦਾਈ ਹਕੀਮਾਈ ਸਭ ਨੇ ਪਤਾ ਕੀਤਾ ਤਾਂ ਸਭ ਦੇਖਦੇ ਹੀ ਹੈਰਾਨ ਰਹਿ ਗਏ ਵੀ ਇਹਨਾਂ ਤਾਂ ਕੋਈ ਜ਼ਹਿਰੀਲੀ ਚੀਜ਼ ਖਾ ਗਈ ਕਿੰਦੇ ਹੁਣ ਨਾ ਰਾਜਾ ਬੜਾ ਜ਼ਿਆਦਾ ਪਛਤਾਵੇ ਵੀ ਇਹ ਕੀ ਹੋ ਗਿਆ ਵੀ ਮੈਂ ਤਾਂ ਚੰਗੇ ਕੰਮਾਂ ਲਈ ਇਹ ਸਾਰਾ ਕੁਝ ਕੀਤਾ ਸੀ ਇਹ ਤਾਂ ਉਲਟਾ ਮੇਰੇ ਤੇ ਹੀ ਭਾਰੂ ਪੈ ਗਿਆ ਹੁਣ ਸੋਚਣ ਲੱਗੇ ਵੀ ਕੀ ਕੀਤਾ ਜਾਵੇ ਕਹਿੰਦੇ ਹੁਣ ਜਿੰਨੇ ਜਣੇ ਉਥੇ ਜਿੰਨ 100 ਤੋਂ ਵੱਧ ਲੋਕ ਸਨ ਉਹ ਸਾਰੇ ਹੁਣ ਜਦੋਂ ਕਹਿੰਦੇ ਧਰਮਰਾਜ ਦੀ ਕਚਾਰੀ ਪਹੁੰਚੇ ਤੇ ਹੁਣ ਜਿਹੜੇ ਉਹ ਚਿੱਤਰਗੁਪਤ ਸੀ ਜਾਂ ਕਹਿ ਲੋ ਲੇਖਾ ਜੋਖਾ ਕਰਨ ਵਾਲਾ ਸੀ ਉਹ ਕਹਿੰਦੇ ਵੀ ਹੁਣ ਦੱਸੋ ਕਿਹਦੇ ਸਿਰ ਜੜਾਏ ਇਹ ਪਾਪ ਲੱਗੇਗਾ ਹੁਣ ਧਰਮਰਾਜ ਕਹਿੰਦਾ ਵੀ ਵੇਖੋ ਰਾਜੇ ਨੇ ਤੇ ਪੁੰਨ ਦਾ ਕੰਮ ਕੀਤਾ ਸੀ ਰਾਜਾ ਚਾਹੁੰਦਾ ਸੀ ਵੀ ਜੋ ਵੀ ਉਹਦੇ ਰਾਜ ਚੋਂ ਲੰਗੇ ਕੋਈ ਭੁੱਖੇ ਢਿੱਡ ਨਾ ਲੰਗੇ ਆਨੰਦਾ ਦਾਨ ਸਭ ਤੋਂ ਵੱਡਾ ਦਾਨ ਹੁੰਦਾ ਇਸ ਕਰਕੇ ਰਾਜਾ ਰੋਜ਼ ਲੋਕਾਂ ਨੂੰ ਪ੍ਰਸ਼ਾਦਾ ਖਵਾਉਂਦਾ ਸੀ ਉਹਦੇ ਮਨ 'ਚ ਕਿਸੇ ਤਰ੍ਹਾਂ ਦਾ ਦੁਸ਼ੈ ਨੀ ਸੀ ਹੈਗਾ ਉਹ ਤੇ ਨਿਰਸਵਾਰਥ ਭਾਵਨਾ ਨਾਲ ਦਾਨ ਕਰਦਾ ਪਿਆ ਸੀ ਇੱਥੇ ਉਹਦਾ ਤਾਂ ਕੋਈ ਕਸੂਰ ਨਹੀਂ ਹੈਗਾ ਹੁਣ ਜਿਹੜਾ ਲੇਖਾ ਜੋਖਾ ਕਰਦਾ ਹੈ ਕਹਿੰਦਾ ਫਿਰ ਰਸੋਈਏ ਦੀ ਗਲਤੀ ਹੈ ਉਹ ਕਹਿੰਦੇ ਵੀ ਉਹ ਤਾਂ ਰੋਜ਼ ਨਿਰਸਵਾਰਥ ਭਾਵਨਾ ਨਾਲ ਪ੍ਰਸ਼ਾਦਾ ਬਣਾਉਂਦਾ ਹੈ ਪ੍ਰਸ਼ਾਦਾ ਬਣਾਉਣ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਂਦਾ ਵੀ ਪਰਮਾਤਮਾ ਇਹਦੇ ਚ ਬਰਕਤ ਪਾਏ ਵੀ ਕੋਈ ਵੀ ਤੋਂ ਖਾਲੀ ਨਾ ਜਾਵੇ ਸਭ ਢਿੱਡ ਭਰ ਕੇ ਜਾਣ ਕਹਿੰਦੇ ਉਹ ਤਾਂ ਚੰਗੀ ਮਨਸ਼ਾ ਦੇ ਨਾਲ ਲੋਕਾਂ ਦਾ ਢਿੱਡ ਭਰਨ ਲਈ ਉਹ ਵੀ ਜਿਹੜਾ ਰੋਜ਼ ਕੰਮ ਕਰਦਾ ਕਹਿੰਦੇ ਫਿਰ ਬਾਜ ਦੇ ਮੱਥੇ ਮੜਦੀਏ ਵੀ ਉਹ ਲੈ ਕੇ ਜਾਂਦਿਆ ਸੀ ਸੱਪ ਉਹ ਕਹਿੰਦੇ ਵੀ ਉਹ ਜਿਹੜਾ ਬਾਜ ਉਹਨੇ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਹੁਣ ਉਹਨੂੰ ਪਕੜ ਕੇ ਲੈ ਕੇ ਜਾਂਦਾ ਪਿਆ ਸੀ ਹੁਣ ਇਹ ਤਾਂ ਜਿਹੜਾ ਆਪਣੀ ਜ਼ਿੰਦਗੀ ਦਾ ਨਿਯਮ ਹੈ ਨਾ ਵੀ ਜੋ ਜਿਸ ਚੀਜ਼ ਨੂੰ ਜਿਹਦੇ ਨਾਲ ਜਿਹਦਾ ਪੇਟ ਭਰਦਾ ਹੈ ਉਹਨੇ ਉਸੇ ਚੀਜ਼ ਨਾਲੇ ਪੇਟ ਭਰਨਾ ਹੈ ਹੁਣ ਉਹ ਸੱਪ ਨੂੰ ਖਾਂਦਾ ਹੈ ਤੇ ਉਹਨੂੰ ਫੜ ਕੇ ਲੈ ਕੇ ਜਾਂਦਿਆ ਸੀ ਉਹਨੇ ਆਪਣੇ ਬੱਚਿਆਂ ਦਾ ਢਿੱਡ ਭਰਨਾ ਤਾਂ ਲੈ ਕੇ ਜਾਂਦਿਆ ਉਹਦੇ ਸਿਰ ਆਪਾਂ ਕਿਵੇਂ ਮੜ ਸਕਦੇ ਉਹ ਕਹਿੰਦੇ ਸੱਪ ਨੂੰ ਕਹਿ ਦਿੰਦੇ ਆ ਕਿ ਸੱਪ ਦੇ ਮੱਥੇ ਮੜ ਦਿੰਦੇ ਆ ਉਹ ਕਹਿੰਦੇ ਸੱਪ ਨੂੰ ਤੇ ਹੁਣ ਬਾਜ ਨੇ ਫੜਿਆ ਹੋਇਆ ਸੀ ਉਹਦੀ ਆਪਣੀ ਜਾਨ ਉਨ ਤੋਂ ਬਚਾਣ ਦਿਆ ਸੀ ਤੇ ਉਹ ਜਦੋਂ ਜਾਨ ਬਚਾਣ ਲਈ ਪ੍ਰਯਾਸ ਕਰਦਾ ਪਿਆ ਸੀ ਤੇ ਉਹਦੇ ਮੂੰਹ ਚੋਂ ਕੋਹ ਛਿੱਟਾਂ ਡੇਗੀਆਂ ਉਹਦੇ ਮੱਥੇ ਵੀ ਨਹੀਂ ਕਰ ਸਕਦੇ ਕਿਉਂਕਿ ਜਦੋਂ ਮੁਸੀਬਤ ਆਵੇ ਤੇ ਉਦੋਂ ਪ੍ਰਯਾਸ ਕਰਨੇ ਚਾਹੀਦੇ ਨੇ ਉਹ ਤੇ ਉਹੀ ਕਰਦਾ ਪਿਆ ਸੀ ਕਹਿੰਦੇ ਫਿਰ ਕਿਦੇ ਮੱਥੇ ਸਾਰਾ ਪਾਪ ਮੜੀਏ ਫਿਰ ਨਾ ਉਹ ਕਹਿੰਦੇ ਵੀ ਆਪਾਂ ਨਾ ਕਿਸੇ ਤੋਂ ਸਲਾਹ ਲੈ ਲੈਣੇ ਕਿੰਦੇ ਉਹਨਾਂ ਨੇ ਆਪਣਾ ਉਸ ਸਮੇਂ ਦਾ ਸਭ ਤੋਂ ਜੋ ਉੱਥੇ ਉੱਚ ਪਦ ਪਾਧਿਆ ਹੋਏਗਾ ਭਾਵ ਉੱਚ ਅਹੁਦੇ ਤੇ ਹੋਏਗਾ ਉਸ ਨੂੰ ਬੁਲਾਇਆ ਕਿੰਦੇ ਫਿਰ ਉੱਥੇ ਵੀ ਹੱਲ ਨਾ ਹੋਇਆ ਉਹ ਅਕਾਲਪੁਰ ਪਰਮਾਤਮਾ ਕੋਲ ਗਿਆ ਅਕਾਲਪੁਰ ਪਰਮਾਤਮਾ ਕਹਿੰਦੇ ਵੀ ਤੁਸੀਂ ਇਹ ਜਿਹੜਾ ਹੈ ਨਾ ਇਹਨਾਂ ਸੋ ਜਣਿਆਂ ਦੇ ਜਿਹੜੀ ਜਿਹਨਾਂ ਨੇ ਜਾਣ ਗਈਏ ਤੁਸੀਂ ਇਹ ਚੀਜ਼ ਐਵੇਂ ਹੀ ਰੱਖ ਦੋ ਜਦੋਂ ਸਮਾਂ ਆਵੇਗਾ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਇੱਕ ਕੀ ਦੇ ਮਥੇ ਪਾਪ ਜਾਣਾ ਉਨਾ ਕਿਆ ਠੀਕ ਹੈ ਹੁਣ ਦੇਨ ਦੀ ਜਿਹੜੀ ਪ੍ਰਕਿਰਿਆ ਸੀ ਨਾ ਉਹ ਐਵੇਂ ਚੱਲਣ ਲੱਗੀ ਪਰ ਰਾਜਾ ਨਾ ਇਸ ਚੀਜ਼ ਨਾਲ ਬੜਾ ਦੁਖੀ ਹੋਇਆ ਰਾਜੇ ਨੇ ਕਿਹਾ ਵੀ ਤੁਸੀਂ ਲੰਗਰ ਤੇ ਰੋਜ਼ ਲਾਇਆ ਕਰੋ ਜਿਹਦੀ ਸ਼ਰਦਾ ਹੋਏਗੀ ਉਹ ਖਾ ਲੇਗੇ ਪਰ ਰਾਜਾ ਕਹਿੰਦਾ ਮੇਰੇ ਹੱਥੋਂ ਇਹ ਪਾਪ ਹੋ ਗਿਆ ਨਾ ਫਿਰ ਮੈਂ ਇੱਥੇ ਨਹੀਂ ਰਹਿ ਸਕਦਾ ਰਾਜਾ ਆਪਣਾ ਰਾਜਪਾਟ ਆਪਣੇ ਪੁੱਤ ਨੂੰ ਸੰਭਾ ਕੇ ਤੇ ਨਾਲ ਇੱਕ ਜੰਗਲ ਸੀ ਤੇ ਉੱਥੇ ਬੈਠ ਕੇ ਰੋਜ਼ ਉਹਨੇ ਨਾਮ ਜਪਿਆ ਕਰਨਾ ਮਨ ਚ ਇਹੀ ਰਹਾ ਕਰਨਾ ਵੀ ਮੇਰੇ ਕਰਕੇ ਕਿੰਨੇ ਜਣਿਆਂ ਦੀ ਜਾਨ ਚਲੀ ਗਈ ਹੈ ਕਿੰਦੇ ਉਸ ਨਗਰ ਦੇ ਸ਼ੁਰੂਆਤ ਵਿੱਚ ਇੱਕ ਬੀਬੀ ਦਾ ਘਰ ਸੀ ਉਹਨੇ ਖੇਤਾਂ 'ਚ ਘਰ ਬਣਾਇਆ ਹੋਇਆ ਜੋ ਕੋਈ ਰਾਹਗੀਰ ਮੁਸਾਫਿਰ ਲੰਘਦਾ ਹੁਣ ਭੁੱਖ ਦੇ ਮਾਰੇ ਉਸ ਥਾਂ ਤੇ ਪ੍ਰਸ਼ਾਦਾ ਛਕਣ ਲਈ ਜਾਇਆ ਕਰਦਾ ਕਿੰਦੇ ਅੱਜ ਨਾ ਇੱਕ ਸੰਤ ਫਕੀਰ ਦਾ ਟੋਲਾ ਆਇਆ ਤੇ ਉਹ ਕਹਿੰਦੇ ਵੀ ਮਾਈ ਤੈਨੂੰ ਪਤਾ ਏਸ ਨਗਰ ਦਾ ਰਾਜਾ ਪ੍ਰਸ਼ਾਦਾ ਖਵਾਉਂਦਾ ਤੇ ਕਿਹੜੀ ਥਾਂ ਤੇ ਖਵਾਉਂਦਾ ਅਸੀਂ ਉਸ ਥਾਂ ਦੇ ਉੱਤੇ ਜਾਣਾ ਮਾਈ ਕਹਿੰਦੀ ਤੁਸੀਂ ਸੰਤ ਫਕੀਰੋ ਕਿਤੇ ਆਪਣੀ ਅਕਲ ਤੇ ਹੱਥ ਮਾਰੋ ਤੁਹਾਨੂੰ ਨਹੀਂ ਪਤਾ ਕੁਝ ਦਿਨ ਪਹਿਲਾਂ ਉਸ ਰਾਜੇ ਦੇ ਭੋਜ ਵਿੱਚੋਂ ਬੜੇ ਲੋਕਾਂ ਨੇ ਪ੍ਰਸ਼ਾਦਾ ਖਾਧਾ ਤੇ ਉਹ ਕਾਲ ਚਲਾਣੇ ਕਰਕੇ ਜਾਨ ਪਿਆਰੀ ਜੇ ਤਿੱਥੋਂ ਲੰਘ ਜਾ ਜੋ ਜੇ ਜਾਨ ਨਹੀਂ ਪਿਆਰੀ ਤੇ ਉਹ ਸਾਹਮਣੇ ਜੇ ਉੱਥੇ ਜਾ ਕੇ ਖਾ ਲਓ ਐਨੀ ਗੱਲ ਸੁਣੀ ਤੇ ਉੱਥੋਂ ਚਲੇ ਗਏ ਹੁਣ ਰਾਹੀਰ ਮੁਸਾਫਿਰ ਆ ਕੇ ਉਹ ਬੀਬੀ ਕੋਲ ਪੁੱਛਦੇ ਤੇ ਬੀਬੀ ਆਪਣੇ ਜਿਹੜਾ ਰਾਜਾ ਸੀ ਉਹਦੀਆਂ ਚੁਗਲੀਆਂ ਹੀ ਕਰਿਆ ਕਰਦੀ ਉਹ ਇਹ ਭੁੱਲ ਗਈ ਵੀ ਜਿਹਦੇ ਕਰਕੇ ਰਾਜਪਾਟ 'ਚ ਕੋਈ ਭੁੱਖਾ ਨਹੀਂ ਸੌਂਦਾ ਉਹਨੇ ਤਾਂ ਇਹ ਨਿਰਸਵਾਰਥ ਭਾਵਨਾ ਨਾਲ ਲੋਕਾਂ ਦਾ ਢਿੱਡ ਭਰਦਾ ਪਿਆ ਸੀ ਹਰ ਇੱਕ ਦੀ ਮਦਦ ਕਰਦਾ ਵੀ ਉਹਦਾ ਰਾਜਾ ਤਾਂ ਇੰਨਾ ਚੰਗਾ ਪਰ ਫਿਰ ਵੀ ਉਹ ਰਾਜੇ ਬਾਰੇ ਚੁਗਲੀਆਂ ਹੀ ਕਰੇ ਜਾਂਦੇ ਉਹ ਇਸ ਚੀਜ਼ ਨੂੰ ਐਵੇਂ ਕਮ ਆਨੰਦ ਲੇ ਵੀ ਉਹਨੂੰ ਜਿਵੇਂ ਕਿਸੇ ਦੀ ਚੁਗਲੀ ਕਰਕੇ ਰਾਜੇ ਦੇ ਬੜਾ ਸੁੱਖ ਮਿਲਦਾ ਹੋਵੇ ਉਹ ਹਰ ਇੱਕ ਨੂੰ ਪਿੰਡ 'ਚ ਵੀ ਖੜੀ ਹੁੰਦੀ ਤਾਂ ਇਹੀ ਜਿਹੜਾ ਉਹ ਜਿਹੜਾ ਵਿਸ਼ਾ ਸੀ ਉਸਤੇ ਚਰਚਾ ਕਰਿਆ ਕਰਦੀ ਬਿਰਾਜ ਨੇ ਇੰਨੇ ਲੋਕਾਂ ਦੀ ਜਾਨ ਲੈ ਲਈ ਤੇ ਹੁਣ ਪਖੰਡਲੀ ਜਾ ਕੇ ਉੱਥੇ ਨਾਮ ਜਪਦਾ ਪਿਆ ਪਹਿਲਾਂ ਜਾਨ ਲੈਣ ਤੋਂ ਪਤਾ ਨਹੀਂ ਸੀ ਹੈਗਾ ਇਹ ਤਾਂ ਨਿਰਾ ਜਿਹੜਾ ਪਖੰਡੀ ਹੈ ਉਹਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਨੀਆਂ ਜਿਵੇਂ ਉਸ ਨੂੰ ਗੱਲਾਂ ਕਰਕੇ ਆਨੰਦ ਆਉਂਦਾ ਹੋਵੇ ਜਾਂ ਕਿਸੇ ਦੀ ਈਰਖਾ ਪ੍ਰਤੀ ਉਹ ਉਹਦੀ ਐਵੇਂ ਜਿਹੜੇ ਹਰ ਰੋਜ਼ ਚੁਗਲੀ ਕਰਿਆ ਕਰਦੀ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਸ ਨਗਰ ਦਾ ਜਿਹੜਾ ਰਾਜਾ ਸੀ ਉਹ ਨਾਮ ਜਪਦਾ ਪਿਆ ਸੀ ਉਹਦੇ ਵਿਸ਼ਵਾਸ ਚਲੇ ਗਏ ਤੇ ਕਹਿੰਦੇ ਇਧਰੇ ਬੀਬੀ ਦੇ ਵਿਸ਼ਵਾਸ ਚਲੇਗੇ ਹੁਣ ਜਿਹੜਾ ਲੇਖਾ ਜੋਖਾ ਕਰਦਾ ਪਿਆ ਸੀ ਹੁਣ ਰਾਜੇ ਨੂੰ ਦੇਖ ਕੇ ਕਹਿੰਦਾ ਵੀ ਧਰਮਰਾਜ ਦੀ ਹੁਣ ਤਾਂ ਇਹਦੇ ਅਕਾਲ ਚਾਨੇ ਹੋ ਗਏ ਨੇ ਹੁਣ ਦੱਸੋ ਵੀ ਹੁਣ ਇਹਨੂੰ ਇੰਨੇ ਜਣਾਂ ਦੀ ਜਾਨ ਗਈ ਸੀ ਵੀ ਹੁਣ ਇਹਨੂੰ ਕੀ ਸਜ਼ਾ ਦਿੱਤੀ ਜਾਵੇ ਧਰਮਰਾਜ ਨੇ ਕਿਹਾ ਇਹਦੇ ਲਈ ਸਵਰਗਾਂ ਦੇ ਦਵਾਰ ਖੋਲਦ ਇਹਨੂੰ ਆਪ ਇੱਜ਼ਤਮਾਨ ਨਾਲ ਉਸ ਥਾਂ ਤੇ ਛੱਡ ਕੇ ਆਓ ਤੇ ਆ ਜਿਹੜੀ ਬੀਬੀ ਹੈ ਇਹਨੂੰ 16 ਨਰਕਾਂ ਦੇ ਵਿੱਚ ਇਹਨੂੰ ਸੱਟ ਸਾਰੇ ਜਣੇ ਹੈਰਾਨ ਹੋ ਗਏ ਵੀ ਉਹਨੇ ਇੰਨੇ ਜਣਿਆਂ ਦੇ ਉਹਦੇ ਸਿਰ ਪਾਪ ਸੀ ਤੇ ਉਹਨਾਂ ਦੇ ਲਈ ਸਵਰਗਾਂ ਦੇ ਦੁਆਰ ਖੋਲ ਤੇ ਇੱਜ਼ਤ ਮਾਨ ਨਾਲ ਛੱਡ ਗਿਆ ਉਹ ਐਵੇਂ ਕਿਉਂ ਕਿਹਾ ਗਿਆ ਜਦੋਂ ਬੀਬੀ ਨੂੰ ਉੱਥੇ ਨਰਕਾਂ ਚ ਸੱਟ ਆਏ ਤੇ ਉਸ ਰਾਜੇ ਨੂੰ ਜਾ ਕੇ ਸਵਰਗਾਂ ਚ ਛੱਡ ਆਏ ਤਾਂ ਸਾਰੇ ਦੂਤਾਂ ਨੇ ਪੁੱਛਿਆ ਵੀ ਐਸਾ ਕਿਉਂ ਤਾਂ ਅਗੋ ਧਰਮਰਾਜ ਨੇ ਕਿਹਾ ਵੀ ਉਸ ਸਮੇਂ ਜੋ ਘਟਨਾ ਵਾਪਰੀ ਸੀ ਰਾਜੇ ਤੇ ਲੋਕਾਂ ਦਾ ਢਿੱਡ ਭਰਨ ਬਾਰੇ ਸੋਚਦਾ ਸੀ ਨਿਰਸਵਾਰਥ ਭਾਵਨਾ ਨਾਲ ਕਰਦਾ ਸੀ ਇਸ ਕਰਕੇ ਉਹਦਾ ਕੋਈ ਦੋਸ਼ ਨਹੀਂ ਰਸੋਈਏ ਤੇ ਆਪਣਾ ਜ਼ਿੰਮੇਵਾਰੀ ਨਿਭਾ ਰਿਆ ਸੀ ਪਰਮਾਤਮਾ ਦਾ ਨਾਮ ਲੈ ਕੇ ਕੰਮ ਸ਼ੁਰੂ ਕਰਦਾ ਸੀ ਵਿੱਚ ਬਰਕਤ ਆਵੇ ਉਹਦਾ ਇਸਪਿਤ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ स्वार्थ ਨਹੀਂ ਸੀ ਬਾਜ਼ ਢਿੱਡ ਪਰਲੀਆਂ ਨੂੰ ਲੈ ਕੇ ਜਾਂਦਿਆ ਸੀ ਸਭ ਜਿਹੜਾ ਸੀ ਉਹ ਆਪ ਉਹਦੇ ਪੰਜੇ ਚੋਂ ਛੁੱਟਣ ਲਈ ਪ੍ਰਯਾਸ ਕਰਦਾ ਪਿਆ ਸੀ ਇਨ੍ਹਾਂ ਕਿਸੇ ਦਾ ਕੋਈ ਦੋਸ਼ ਨਹੀਂ ਸੀ ਪਰ ਕਹਿੰਦੇ ਇਹ ਜਿਹੜੀ ਬੀਬੀ ਹੈ ਨਾ ਹਰ ਰਾਹਗੀਰ ਮੁਸਾਫਿਰ ਇਸ ਤੋਂ ਪੁੱਛਦਾ ਸੀ ਵੀ ਅਸੀਂ ਲੰਗਰ ਪਰ ਸ਼ਾਦਾ ਸਕਣਾ ਰਾਜੇ ਦੀ ਸਰਾਂ ਤੇ ਰਸੋਈ ਕਿੱਥੇ ਹੈ ਇਹ ਹਰ ਇੱਕ ਨੂੰ ਉਹ ਰਾਜੇ ਦੀ ਨਿੰਦਿਆ ਚੁਗਲੀ ਕਰਦੀ ਸੀ ਇਸ ਨੂੰ ਰਾਜੇ ਦੀ ਨਿੰਦਿਆ ਚੁਗਲੀ ਕਰਕੇ ਸੁੱਖ ਮਿਲਦਾ ਸੀ ਆਨੰਦ ਮਿਲਦਾ ਸੀ ਇਹ ਜਾਣ ਬੁਝ ਕੇ ਨਿੰਦਿਆ ਚੁਗਲੀ ਕਰਦੀ ਸੀ ਤੇ ਜੋ ਨਿੰਦਿਆ ਚੁਗਲੀ ਕਰਦਾ ਹੈ ਉਹਦੇ ਵਹੀ ਖਾਤੇ 'ਚ ਜੋ ਵੀ ਪੁੰਨ ਹੁੰਦੇ ਨੇ ਚੰਗੇ ਕਰਮ ਹੁੰਦੇ ਨੇ ਉਹ ਹੌਲੀ-ਹੌਲੀ ਸਾਰੇ ਜੜੇ ਨੇ ਉਹ ਕਟਣ ਲੱਗ ਜਾਂਦੇ ਨੇ ਸਿਰਫ ਤੇ ਸਿਰਫ ਉਹ ਤੇ ਦੁੱਖ ਤੇ ਮੁਸ਼ਕਿਲਾਂ ਆ ਰਹਿ ਜਾਂਦੀਆਂ ਨੇ ਤੇ ਬੀਬੀ ਨੇ ਨਿੰਦਿਆ ਚੁਗਲੀ ਕਰ ਕਰਕੇ ਆਪਣੇ ਸਿਰ ਇੰਨਾ ਪਾਪ ਇਕੱਠਾ ਕਰ ਲਿਆ ਕਿ ਉਹ ਪਾਪ ਹੁਣ ਇਹਦੇ ਸਿਰ ਜਾਵੇਗਾ ਜਿਹੜਾ ਨਿੰਦਿਆ ਚੁਗਲੀ ਕਰਦਾ ਹੈ ਇਹਨੇ ਰਾਜੇ ਦੀ ਜਿੰਨਾ ਨਿੰਦਿਆ ਚੁਗਲੀ ਕੀਤੀ ਹੁਣ ਸਾਰਾ ਪਾਪ ਇਹਦੇ ਮੱਥੇ ਮਾਰ ਦਿੱਤਾ ਗਿਆ ਇਸ ਕਰਕੇ ਇਸ ਨੂੰ ਨਰਕਾਂ ਵਿੱਚ ਸੱਟਿਆ ਗਿਆ ਓਕੇ ਅੰਦੇ ਵੀ ਰਾਜਨ ਨਿੰਦਿਆ ਇੰਨੀ ਪੈੜੀ ਹੈ ਉਹਨੇ ਕਿਹਾ ਹਾਂ ਜੋ ਕਿਸੇ ਦੀ ਵੀ ਨਿੰਦਿਆ ਕਰਦਾ ਭਾਵੇਂ ਈਰਖਾ ਵਾਸ ਕਰਦਾ ਭਾਵੇਂ ਆਨੰਦ ਲੈਣ ਲਈ ਕਿਸੇ ਦੀ ਵੀ ਨਿੰਦਿਆ ਚੁਗਲੀ ਕਰਕੇ ਵੀ ਮੈਨੂੰ ਬੜਾ ਸੁੱਖ ਮਿਲਦਾ ਪਿਆ ਜਾਂ ਮੈਨੂੰ ਬੜਾ ਆਨੰਦ ਮਿਲਦਾ ਪਿਆ ਖੁਸ਼ੀ ਮਿਲਦੀ ਪਈ ਜੋ ਏਸ ਹੀ ਹਿਸਾਬ ਨਾਲ ਨਿੰਦਿਆ ਚੁਗਲੀ ਕਰਦਾ ਹੈ ਉਹਦੇ ਜ਼ਿੰਦਗੀ 'ਚ ਦੁੱਖ ਹੀ ਦੁੱਖ ਆਉਂਦੇ ਨੇ ਜੋ ਕਿਸੇ ਦਾ ਬੇਇੱਜ਼ਤੀ ਕਰਦਾ ਹੈ, અપਮਾਨ ਕਰਦਾ ਹੈ, ਮਾੜੇ ਸ਼ਬਦ ਬੋਲਦਾ ਹੈ ਕਿਸੇ ਪ੍ਰਤੀ, ਉਹਨੂੰ ਵੀ ਹਮੇਸ਼ਾ ਉਹਦੇ ਜ਼ਿੰਦਗੀ 'ਚ ਜਿੰਨੇ ਪੁੰਨ ਹੁੰਦੇ ਨੇ ਉਹ ਕਟਨੇ ਆਰੰਭ ਹੋ ਜਾਂਦੇ ਨੇ। ਤੀਸਰਾ ਜੋ ਕਿਸੇ ਨੂੰ ਦੇਖ ਕੇ ਮੂੰਹ ਮੋੜ ਲੈਂਦਾ ਹੈ, ਆਪਣੇ ਮਨ 'ਚ ਕਿਸੇ ਪ੍ਰਤੀ ਖਾਰ ਰੱਖਦਾ ਹੈ ਤੇ ਉਹਦੇ ਵਿਵਹੀ ਖਾਤੇ 'ਚ ਪੁੰਨ ਜਿਹੜੇ ਨੇ ਉਹ ਕਟਨੇ ਆਰੰਭ ਹੋ ਜਾਂਦੇ ਨੇ ਤੇ ਦੁੱਖ ਤੇ ਮੁਸ਼ਕਲਾਂ ਉਹਦੇ ਰਾਹ ਦੇ ਰੋੜੇ ਬਣ ਜਾਂਦੇ ਨੇ। ਇਸ ਕਰਕੇ ਇਹ ਕੰਮ ਕਦੀ ਨਾ ਕਰੋ। ਜੇ ਤੁਹਾਡੇ ਘਰ ਹੋ ਰਿਹਾ ਤੇ ਅੱਜ ਹੀ ਕਰਨਾ ਬੰਦ ਕਰ ਦਿਓ। ਤੁਸੀਂ ਸੁਖੀ ਜੀਵਨ ਜਿਊਮੋਗੇ।